ਮੈਨੂੰ ਐਂ ਲੱਗਦਾ ਵੀ ਜੇ ਇਹਨਾਂ ਨੇ ਇੰਨਾ ਪਿਆਰ ਦਿੱਤਾ ਤਾਂ ਫਿਰ ਸਾਡੇ ਅੰਦਰ ਕਿਹੜੀ ਗੱਲ ਦਾ ਐਟੀਟਿਊਡ, ਕਿਹੜੀ ਗੱਲ ਦੀ ਫੂਮਾ, ਉਨੇ ਹੀ ਪਿਆਰ ਨਾਲ ਸਤਿਕਾਰ ਨਾਲ ਮਿਲਣਾ ਚਾਹੀਦਾ ਕਿਉਂਕਿ ਉਹ ਆਪਣਾ ਐਟੀਟਿਊਡ ਥੱਲੇ ਕਰਕੇ ਤੁਹਾਡੇ ਕੋਲ ਫੋਟੋ ਕਰਾਉਣ ਆਉਂਦਾ ਬੰਦਾ। ਦਰਾਰ ਆਉਂਦੀ ਆ ਜਾਂ ਨਾਲ ਦਾ ਬੰਦਾ ਤੁਹਾਨੂੰ ਚੀਟ ਕਰਦਾ ਆ, ਹਰਟ ਕਰਦਾ ਆ, ਉਦੋਂ ਮੈਨੂੰ ਲੱਗਦਾ ਵੀ ਜਿੰਨਾ ਰਿਸ਼ਤੇਦਾਰ ਕੋਈ ਹਰਟ ਕਰਦਾ ਉਦੋਂ ਉਨਾ ਹਰਟ ਨਹੀਂ ਹੁੰਦਾ ਜਦੋਂ ਕੋਈ ਦੋਸਤ ਤੁਹਾਨੂੰ ਜਿਹੜਾ ਆਪ ਤੁਸੀਂ ਬਣਾਇਆ ਹੋਇਆ ਦੋਸਤ ਉਹ ਜਦੋਂ ਚੀਟ ਕਰਦਾ ਤੁਹਾਨੂੰ ਜਾਂ ਕੋਈ ਹਰਟ ਕਰਦਾ ਉਹ ਵੱਧ ਪੇਨ ਹੁੰਦੀ ਉਦੋਂ। ਇਸ ਨਿਮਰਤਾ ਦਾ ਕਾਰਨ ਕੀ ਹੈ? ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਹੜਾ ਫੇਮ ਹੁੰਦਾ ਨਾ ਉਹ ਭਾਵੇਂ ਕਿਸੇ ਵੀ ਚੀਜ਼ ਦਾ ਹੋਵੇ, ਭਾਵੇਂ ਫਿਲਮ ਇੰਡਸਟਰੀ ਦਾ ਹੋਵੇ, ਭਾਵੇਂ ਰਾਜਨੀਤੀ ਦਾ ਹੋਵੇ, ਉਹ ਕਿਤੇ ਨਾ ਕਿਤੇ ਕੁਰਸੀ ਐਵੇਂ ਦੀ ਹੈ ਕਿ ਬੰਦੇ ਦੇ ਅੰਦਰ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ। ਦੀਦਾਰ ਗਿੱਦਲੇ ਦੇ ਅੰਦਰ ਬਦਲਾਅ ਕਿਉਂ ਨਹੀਂ ਆਇਆ? ਸੋ ਮੈਨੂੰ ਲੱਗਦਾ ਹੁੰਦਾ ਵੀ ਯਾਰ ਇਹਨਾਂ ਸਾਰਿਆਂ ਨੇ ਪਿਆਰ ਦੇ ਕੇ ਆਪਾਂ ਨੂੰ ਸਕਸੈਸ ਕੀਤਾ, ਅਤੇ ਜੇ ਕੱਲ੍ਹ ਨੂੰ ਮੰਨ ਲਓ ਦਿਦਕਾਰ ਦੇਣ ਵੀ ਨਹੀਂ ਯਾਰ ਆਪਾਂ ਲਾਈਕ ਕਰਦੇ ਤੈਨੂੰ, ਫਿਰ ਗੋਲੀ ਮਾਰ ਦਾਂਗੇ ਗੋਲੀ ਭਾਅ ਜੀ। ਇੱਥੇ ਰਵਾਉਣ ਨੂੰ ਸਾਰੀ ਦੁਨੀਆ ਬੈਠੀ ਹੁੰਦੀ ਹੈ, ਰਵਾਉਣਾ ਬਹੁਤ ਸੁਖਾਵਾ ਕਿਸੇ ਨੂੰ ਹਰਟ ਕਰਨਾ। ਸੋ ਮੈਨੂੰ ਐਂ ਲੱਗਦਾ ਹੁੰਦਾ ਵੀ ਥੋੜ੍ਹਾ ਜਿਹਾ ਹਸਾਇਆ ਜਾਵੇ, ਲੋਕਾਂ ਨੂੰ ਖੁਸ਼ ਕੀਤਾ ਜਾਵੇ, ਛੋਟੀ ਜਿਹੀ ਜ਼ਿੰਦਗੀ ਆ ਭਾਅ ਜੀ। ਉਹ ਆਪਣੀ ਜ਼ਿੰਦਗੀ ਦਾ ਸਟਾਰ ਹੈ ਜਿਹੜਾ ਆਪਣੇ ਬੱਚਿਆਂ ਨੂੰ ਪਾਲ ਰਿਹਾ, ਜਿਹੜਾ ਆਪਣੇ ਮਾਂ ਪਿਓ ਦੀ ਕੇਅਰ ਕਰ ਰਿਹਾ, ਆਪਣੀ ਫੈਮਿਲੀ ਦਾ ਹੀਰੋ ਆ, ਉਹ ਸਟਾਰ ਆ। ਜੇ ਬੰਦੇ ਦੀ ਚੰਗੀ ਦੋਸਤੀ ਹੋਵੇ ਤਾਂ ਉਹ ਬੰਦੇ ਨੂੰ ਕਾਮਯਾਬ ਵੀ ਕਰ ਸਕਦੀ ਹੈ, ਪਰ ਜੇ ਮਾੜੀ ਦੋਸਤੀ ਹੋਵੇ ਬੰਦੇ ਨੂੰ ਫੇਲ ਵੀ ਕਰ ਸਕਦੀ ਹੈ। ਤੁਹਾਡੀ ਨਿਗਾਹ 'ਚ ਦੋਸਤੀ ਕੀ ਹੈ, ਦੋਸਤ ਕਿਵੇਂ ਦੇ ਹੋਣੇ ਚਾਹੀਦੇ ਆ, ਤੁਸੀਂ ਕੀ ਸਮਝਿਆ ਕਿ ਦੋਸਤੀ ਕੀ ਹੈ? ਦੋਸਤ ਭਾਅ ਜੀ ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਹੋਣਾ ਚਾਹੀਦਾ, ਦੋਸਤ ਹੋਣਾ ਚਾਹੀਦਾ ਵੀ ਬਿਨਾਂ ਦੱਸੇ ਤੁਹਾਡਾ ਦੁੱਖ ਦਰਦ ਸਮਝੇ। ਕਹਿੰਦੇ ਖੁਸ਼ੀਆਂ ਵੰਡ ਜਵਾਨਾਂ ਹਾਸੇ ਉੱਗਣਗੇ, ਮੈਂ ਕਹਿੰਦਾ ਅੱਜ ਦੇ ਸਮੇਂ ਦੇ ਵਿੱਚ ਕਿਸੇ ਦੇ ਮੂੰਹ 'ਤੇ ਮੁਸਕਾਨ ਲੈ ਕੇ ਆਉਣਾ ਸਭ ਤੋਂ ਵੱਡਾ ਪੁੰਨ ਹੈ, ਅਤੇ ਮੈਨੂੰ ਲੱਗਦਾ ਅੱਜ ਦੇ ਸਮੇਂ 'ਚ ਸਭ ਤੋਂ ਜ਼ਿਆਦਾ ਜੇਕਰ ਕੋਈ ਇਹ ਪੁੰਨ ਖੱਟ ਰਿਹਾ ਤਾਂ ਉਹ ਦੀਦਾਰ ਗਿੱਲ ਜੀ ਨੇ, ਤਾਂ ਅੱਜ ਸਾਡੇ ਨਾਲ ਮੌਜੂਦ ਨੇ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ। ਥੈਂਕ ਯੂ ਸੋ ਮਚ ਭਾਅ ਜੀ। ਮੈਂ ਜਿਵੇਂ ਸਟਾਰਟਿੰਗ 'ਚ ਕਿਹਾ ਕਿ ਅੱਜ ਦੇ ਸਮੇਂ 'ਚ ਨਾ ਕਿਸੇ ਦੇ ਮੂੰਹ 'ਤੇ ਮੁਸਕਰਾਹਟ ਲੈ ਕੇ ਆਉਣਾ ਸਭ ਤੋਂ ਵੱਡਾ ਪੁੰਨ ਹੈ, ਬੰਦੇ ਦੇ ਕਈ ਦੁੱਖ ਦੂਰ ਹੋ ਜਾਂਦੇ ਨੇ, ਲੋਕ ਇੰਨਾ ਜ਼ਿਆਦਾ ਪਿਆਰ ਦੇ ਰਹੇ ਨੇ ਤੁਹਾਨੂੰ, ਹੈ ਨਾ, ਤੁਸੀਂ ਤੁਹਾਨੂੰ ਮਹਾਰਾਜ ਨੇ ਇੱਕ ਸੇਵਾ ਬਖਸ਼ੀ ਹੈ ਲੋਕਾਂ ਨੂੰ ਹਸਾਉਣ ਦੀ, ਤਾਂ ਇਸ ਪਿਆਰ ਨੂੰ ਕਿਵੇਂ ਮਹਿਸੂਸ ਕਰ ਰਹੇ ਹੋ, ਕਿਵੇਂ ਦੇਖਦੇ? ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਭਾਅ ਜੀ ਜਦੋਂ ਲੋਕ ਮਿਲਦੇ ਆ, ਅਤੇ ਕੁਝ ਲੋਕ ਇੱਦਾਂ ਦੇ ਵੀ ਮਿਲਦੇ ਕਿ ਜਿਹੜੇ ਕਈ ਵਾਰਾਂ ਕਿਸੇ ਚੀਜ਼ ਨਾਲ ਜੂਝ ਰਹੇ ਹੁੰਦੇ ਆ ਨਾ, ਤਾਂ ਜਦੋਂ ਮਿਲਦੇ ਆ ਦੱਸਦੇ ਵੀ ਵੀਰੇ ਯਾਰ ਜਦੋਂ ਤਾਂ ਅਸੀਂ ਤੇਰੇ ਅਸੀਂ ਲਾਫਟਰ ਵਾਲੀਆਂ ਛੋਟੀਆਂ ਛੋਟੀਆਂ ਗੱਲਾਂ ਵੇਖਦੇ ਹਾਂ ਤਾਂ ਸਾਨੂੰ ਸਕੂਨ ਮਿਲਦਾ, ਰਾਹਤ ਮਿਲਦੀ ਆ ਥੋੜ੍ਹੀ, ਅਤੇ ਮੈਨੂੰ ਚੰਗਾ ਲੱਗਦਾ। ਔਰ ਮੈਨੂੰ ਵੈਸੇ ਵੀ ਸ਼ੁਰੂ ਤੋਂ ਸ਼ੌਂਕ ਆ ਭਾਅ ਜੀ, ਇੱਥੇ ਰਵਾਉਣ ਨੂੰ ਸਾਰੀ ਦੁਨੀਆ ਬੈਠੀ ਹੁੰਦੀ ਹੈ, ਰਵਾਉਣਾ ਬਹੁਤ ਸੁਖਾਵਾ ਕਿਸੇ ਨੂੰ ਹਰਟ ਕਰਨਾ। ਸੋ ਮੈਨੂੰ ਐਂ ਲੱਗਦਾ ਹੁੰਦਾ ਵੀ ਥੋੜ੍ਹਾ ਜਿਹਾ ਹਸਾਇਆ ਜਾਵੇ, ਲੋਕਾਂ ਨੂੰ ਖੁਸ਼ ਕੀਤਾ ਜਾਵੇ, ਛੋਟੀ ਜਿਹੀ ਜ਼ਿੰਦਗੀ ਆ ਭਾਅ ਜੀ, ਖੁਸ਼ੀਆਂ ਵੰਡਣੀਆਂ ਚਾਹੀਦੀਆਂ ਜਿੰਨੀਆਂ ਕਿ ਸਾਨੂੰ ਪਰਮਾਤਮਾ ਨੇ ਦਿੱਤੀਆਂ, ਵੰਡਾਂਗੇ ਮਹਾਰਾਜ ਜਿੰਨੇ ਕੁ ਸਵਾਸ ਪਰਮਾਤਮਾ ਨੇ ਦਿੱਤੇ। ਕੁਛ ਚੀਜ਼ਾਂ ਨੂੰ ਨਾ ਜਿਹੜਾ ਜਿਹੜੀ ਚੀਜ਼ ਜਿਸ ਬੰਦੇ ਵਾਸਤੇ ਬਣੀ ਹੁੰਦੀ ਹੈ, ਜਿਵੇਂ ਤੁਹਾਡੇ ਹਿੱਸੇ ਲੋਕਾਂ ਨੂੰ ਹਸਾਉਣਾ ਆਇਆ, ਕੁਛ ਚੀਜ਼ਾਂ ਲੋਕਾਂ ਕੋਲ ਪਹੁੰਚ ਜਾਂਦੀਆਂ ਨੇ ਅਤੇ ਕੁਛ ਬੰਦੇ ਉਹਨਾਂ ਚੀਜ਼ਾਂ ਨੂੰ ਲੱਭ ਲੈਂਦੇ ਨੇ, ਹੁਣ ਇਹ ਸੇਵਾ ਤੁਹਾਡੇ ਕੋਲ ਆਈ ਜਾਂ ਤੁਹਾਡਾ ਸ਼ੁਰੂ ਤੋਂ ਹੀ ਸ਼ੌਂਕ ਸੀ ਕਿ ਮੈਂ ਕੁਝ ਇੱਦਾਂ ਦਾ ਕਰਾਂਗਾ? ਸ਼ੌਂਕ ਸੀਗਾ ਪਰ ਕੌਨਫੀਡੈਂਸ ਨਹੀਂ ਸੀਗਾ, ਵੀ ਸ਼ੌਂਕ ਹੋਣਾ ਵੱਖਰੀ ਚੀਜ਼ ਆ, ਕੌਨਫੀਡੈਂਸ ਹੋਣਾ ਇੱਕ ਵੱਖਰੀ ਚੀਜ਼ ਆ। ਸ਼ੌਂਕ ਸੀਗਾ ਬਟ ਮੈਂ ਆਪਣੇ ਦੋਸਤਾਂ ਮਹਿਫਲਾਂ ਸਜਾਉਂਦਾ ਹੁੰਦਾ ਸੀਗਾ, ਵੀ ਜਦੋਂ ਕਿਤੇ ਬਹਿਣਾ ਦੋ ਚਾਰ ਬੰਦਿਆਂ ਨੂੰ ਗੱਲਾਂ ਸੁਣਾਉਣੀਆਂ, ਗੁਰਪ੍ਰੀਤ ਘੁੱਗੀ ਭਾਅ ਜੀ ਹੋਣਾਂ ਦੀਆਂ ਟੇਪਾਂ ਸੁਣਦਾ ਹੁੰਦਾ ਸੀਗਾ ਮੈਂ ਬਹੁਤ, ਇਹਨਾਂ ਦੀਆਂ ਜਿਹੜੀਆਂ ਸਟਾਰਟਿੰਗ ਵਾਲੀਆਂ ਟੇਪਾਂ, ਘੁੱਗੀ ਦਾ ਵਿਆਹ, ਉਹ ਸਾਰੀਆਂ ਮੇਰੇ ਕੋਲ ਪਈਆਂ ਹੋਈਆਂ ਆਲਰੇਡੀ ਘਰ, ਉਹ ਸੁਣਦਾ ਹੁੰਦਾ ਸੀਗਾ ਜਿਹੜੇ ਜੋਕ ਮੈਨੂੰ ਅੱਛੇ ਲੱਗਣੇ, ਫਿਰ ਮੈਂ ਜਦੋਂ ਮਹਿਫਲਾਂ 'ਚ ਕਦੀ ਬਹਿਣਾ ਉਹ ਸੁਣਾਉਣੇ, ਉਹਨਾਂ ਨੂੰ ਵਧੀਆ ਲੱਗਦਾ ਹੁੰਦਾ ਸੀਗਾ, ਅਤੇ ਉਹ ਸਾਰੇ ਕਹਿੰਦੇ ਵੀ ਸੀਗੇ ਵੀ ਯਾਰ ਤੂੰ ਸਟੇਜ 'ਤੇ ਕਿਉਂ ਨਹੀਂ ਕਦੀ ਪਰਫੋਰਮ ਕਰਦਾ, ਅਤੇ ਉੱਥੇ ਹੁਣ ਉਹਨਾਂ ਨੂੰ ਕੀ ਦੱਸਾਂ ਵੀ ਮੇਰੇ ਕੋਲ ਕੌਨਫੀਡੈਂਸ ਨਹੀਂ ਹੈਗਾ, ਵੀ ਉਹ ਆਪਣੇ ਜੀ ਉਹਨਾਂ ਦੇ ਸਾਹਮਣੇ ਆਪਾਂ ਗੱਲ ਕਰ ਲੈਂਦੇ ਸੀਗੇ, ਅਤੇ ਉਹ ਕੌਨਫੀਡੈਂਸ ਲਿਆਉਣ 'ਚ ਟਾਈਮ ਬਹੁਤ ਲੱਗ ਗਿਆ। ਭਾਈ ਕਿਵੇਂ ਆਇਆ, ਸਭ ਤੋਂ ਵੱਡਾ ਹੱਥ ਕਿਹਦਾ ਹੈ ਕਿ ਦੀਦਾਰ ਗਿੱਲ ਨੂੰ ਆਪਣੀ ਪਹਿਚਾਣ ਹੋ ਪਾਈ ਕਿ ਮੈਂ ਇਹ ਕਰ ਸਕਦਾ? ਮੇਰੇ ਦੋਸਤ ਸਾਡੇ, ਹਾਂਜੀ 5-7 ਅਸੀਂ ਦੋਸਤ ਹੈਗੇ ਹਾਂ ਸਾਡੇ ਪਿੰਡ ਤੋਂ ਆਪਣਾ, ਅਤੇ ਉਹ ਫਿਰ ਜਿੱਦਾਂ ਜਿੱਦਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਕੋਈ ਵਿਆਹ ਸ਼ਾਦੀ ਹੋਣਾ ਜਾਂ ਕਿੱਦਾਂ, ਹੌਲੀ ਹੌਲੀ ਸਟੇਜਾਂ 'ਤੇ ਜਾ ਕੇ ਉਹ ਕੌਨਫੀਡੈਂਸ ਆਉਂਦਾ 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 ਆਉਂਦਾ, ਗੁਰੂ ਸਾਹਿਬ ਨੇ ਕਿਰਪਾ ਕਰਤੀ ਵੀ ਅਕਸੈਪਟ ਕਰ ਲਿਆ ਲੋਕਾਂ ਨੇ, ਬਣ ਗਈ ਗੱਲ ਜੀ, ਮਤਲਬ
ਜਿਵੇਂ ਨਾ ਤੁਸੀਂ ਦੋਸਤੀ ਦੀ ਗੱਲ ਕੀਤੀ, ਤੁਹਾਡੀ ਫਿਲਮ ਆ ਰਹੀ ਹੈ 2025 ਦੇ ਵਿੱਚ ਮਧਾਣੀਆਂ, ਜਿਵੇਂ ਇਸ ਫਿਲਮ ਦੇ ਵਿੱਚ ਬਾਕੀ ਰਿਸ਼ਤਿਆਂ ਦਾ ਪਿਆਰ ਦਿਖਾਇਆ ਜਾਵੇਗਾ, ਮੈਨੂੰ ਲੱਗਦਾ ਦੋਸਤੀ ਵੀ ਇੱਕ ਸਾਡਾ ਬੇਸ਼ੱਕ ਖੂਨ ਦਾ ਨਹੀਂ ਪਰ ਇੱਕ ਸਭ ਦਾ ਸਾਡਾ ਸਭ ਤੋਂ ਖਾਸ ਇੱਕ ਰਿਸ਼ਤਾ ਹੈ। ਭਾਅ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਜੇ ਬੰਦੇ ਦੀ ਚੰਗੀ ਦੋਸਤੀ ਹੋਵੇ ਤਾਂ ਉਹ ਬੰਦੇ ਨੂੰ ਕਾਮਯਾਬੀ ਕਰ ਸਕਦੀ ਹੈ, ਪਰ ਜੇ ਮਾੜੀ ਦੋਸਤੀ ਹੋਵੇ ਬੰਦੇ ਨੂੰ ਫੇਲ ਵੀ ਕਰ ਸਕਦੀ ਹੈ। ਤੁਹਾਡੀ ਨਿਗਾਹ 'ਚ ਦੋਸਤੀ ਕੀ ਹੈ, ਦੋਸਤ ਕਿਵੇਂ ਦੇ ਹੋਣੇ ਚਾਹੀਦੇ ਆ, ਤੁਸੀਂ ਕੀ ਸਮਝਿਆ ਕਿ ਦੋਸਤੀ ਕੀ ਹੈ? ਦੋਸਤ ਭਾਅ ਜੀ ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਹੋਣਾ ਚਾਹੀਦਾ, ਦੋਸਤ ਹੋਣਾ ਚਾਹੀਦਾ ਵੀ ਬਿਨਾਂ ਦੱਸੇ ਤੁਹਾਡਾ ਦੁੱਖ ਦਰਦ ਸਮਝੇ, ਸਮਝਣ ਤੋਂ ਬਾਅਦ ਉਹਨੂੰ ਮਹਿਸੂਸ ਕਰੇ ਵੀ ਇਹ ਜਿਹੜਾ ਜੇ ਇਹਨੂੰ ਪੇਨ ਆ ਮੇਰੇ ਦੋਸਤ ਨੂੰ ਤਾਂ ਇਹ ਮੇਰੀ ਆ, ਉਹ ਦੋਸਤ ਹੁੰਦਾ ਆ, ਨਾ ਕਿ ਇੱਕ ਨਾਂ ਦੀ ਦੋਸਤੀ ਵੀ ਆਪਾਂ ਦੋਸਤ ਕਹਿ ਕੇ ਅਤੇ ਉਦੋਂ ਬਾਅਦ ਕਿਸੇ ਦਾ ਗੱਲ ਸੁਣ ਕੇ ਅਤੇ ਉਹਦੀ ਪਿੱਠ ਪਿੱਛੇ ਉਹਦੀ ਖਿੱਲੀ ਉਡਾਉਣੀ, ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਹੈ। ਸੋ ਸੱਜਣਤਾ ਹੀ ਆ ਜਿਹੜੀ ਇੱਕ ਬਹੁਤ ਖੂਬਸੂਰਤ ਲਫਜ਼ ਆ। ਵੇਖੋ ਜਦੋਂ ਇਨਸਾਨ ਜੰਮਦਾ ਆ, ਮਾਸੀ ਵੀ ਸਾਨੂੰ ਅਸੀਂ ਜੰਮਦੇ ਹਾਂ, ਸਾਨੂੰ ਸਾਡੇ ਘਰ ਦੇ ਦੱਸਦੇ ਮਾਸੀ ਆਏ, ਚਾਚਾ ਆਏ, ਤਾਇਆ ਆਏ, ਦਾਦਾ ਦਾਦੀ ਆ, ਸਾਰੇ ਰਿਸ਼ਤੇ ਜੰਮਣ ਤੋਂ ਸਾਨੂੰ ਮਿਲ ਜਾਂਦੇ ਆ। ਜਿਹੜਾ ਦੋਸਤੀ ਰਿਸ਼ਤਾ ਹੁੰਦਾ ਤੁਸੀਂ ਖੁਦ ਕ੍ਰੀਏਟ ਕਰਦੇ ਆ, ਅਤੇ ਜਦੋਂ ਇਹਦੇ ਵਿੱਚ ਕਦੀ ਦਰਾਰ ਆਉਂਦੀ ਆ ਜਾਂ ਨਾਲ ਦਾ ਬੰਦਾ ਤੁਹਾਨੂੰ ਚੀਟ ਕਰਦਾ ਆ, ਹਰਟ ਕਰਦਾ ਆ, ਉਦੋਂ ਮੈਨੂੰ ਲੱਗਦਾ ਵੀ ਜਿੰਨਾ ਰਿਸ਼ਤੇਦਾਰ ਕੋਈ ਹਰਟ ਕਰਦਾ ਉਦੋਂ ਉਨਾ ਹਰਟ ਨਹੀਂ ਹੁੰਦਾ, ਜਦੋਂ ਕੋਈ ਦੋਸਤ ਤੁਹਾਨੂੰ ਜਿਹੜਾ ਆਪ ਤੁਸੀਂ ਬਣਾਇਆ ਹੋਇਆ ਦੋਸਤ ਉਹ ਜਦੋਂ ਚੀਟ ਕਰਦਾ ਤੁਹਾਨੂੰ ਜਾਂ ਕੋਈ ਹਰਟ ਕਰਦਾ ਉਹ ਵੱਧ ਪੇਨ ਹੁੰਦੀ ਉਦੋਂ। ਜੀ ਮੈਂ ਨਾ ਤੁਹਾਡੇ 'ਚ ਇੱਕ ਚੀਜ਼ ਨੋਟ ਕੀਤੀ ਜਦੋਂ ਮੈਂ ਤੁਹਾਨੂੰ ਪੁਰਾਣੀ ਫਿਲਮ 'ਤੇ ਮਿਲਿਆ ਨਾ, ਤੁਹਾਡੇ 'ਚ ਇੱਕ ਨਿਮਰਤਾ ਹੈ, ਹਾਲਾਂਕਿ ਅਸੀਂ ਕਈਆਂ ਨੂੰ ਕਹਿ ਦਿੰਦੇ ਕਿ ਹੈਗੀ ਆ ਪਰ ਤੁਹਾਡੇ 'ਚ ਜੈਨੂਅਨਲੀ ਹੈਗੀ ਆ, ਵਾਕਈ ਹੈਗੀ ਆ, ਇਸ ਨਿਮਰਤਾ ਦਾ ਕਾਰਨ ਕੀ ਹੈ? ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਹੜਾ ਫੇਮ ਹੁੰਦਾ ਨਾ ਉਹ ਭਾਵੇਂ ਕਿਸੇ ਵੀ ਚੀਜ਼ ਦਾ ਹੋਵੇ, ਭਾਵੇਂ ਫਿਲਮ ਇੰਡਸਟਰੀ ਦਾ ਹੋਵੇ, ਭਾਵੇਂ ਰਾਜਨੀਤੀ ਦਾ ਹੋਵੇ, ਉਹ ਕਿਤੇ ਨਾ ਕਿਤੇ ਕੁਰਸੀ ਐਵੇਂ ਦੀ ਹੈ ਕਿ ਬੰਦੇ ਦੇ ਅੰਦਰ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ। ਦੀਦਾਰ ਗਿੱਦਲੇ ਦੇ ਅੰਦਰ ਬਦਲਾਅ ਕਿਉਂ ਨਹੀਂ ਆਇਆ? ਆਉਣਾ ਹੀ ਨਹੀਂ ਭਾਅ ਜੀ, ਹਾਲਾਤ ਬਹੁਤ ਸਿਚੁਏਸ਼ਨਾਂ ਵੇਖੀਆਂ ਨਾ ਜ਼ਿੰਦਗੀ 'ਚ ਵੀ ਜਿਹੜੀਆਂ ਸਿਚੁਏਸ਼ਨਾਂ 'ਚੋਂ ਉੱਠ ਕੇ ਮੰਨ ਲਓ ਸਾਰਿਆਂ ਨੇ ਪਿਆਰ ਦਿੱਤਾ ਅਸੀਂ ਸਕਸੈਸ ਹੋ ਗਏ। ਸੋ ਮੈਨੂੰ ਲੱਗਦਾ ਹੁੰਦਾ ਵੀ ਯਾਰ ਇਹਨਾਂ ਸਾਰਿਆਂ ਨੇ ਪਿਆਰ ਦੇ ਕੇ ਆਪਾਂ ਨੂੰ ਸਕਸੈਸ ਕੀਤਾ, ਅਤੇ ਜੇ ਕੱਲ੍ਹ ਨੂੰ ਮੰਨ ਲਓ ਦਦਕਾਰ ਦੇਣ ਵੀ ਨਹੀਂ ਯਾਰ ਆਪਾਂ ਲਾਈਕ ਕਰਦੇ ਤੈਨੂੰ, ਫਿਰ ਗੋਲੀ ਮਾਰ ਦਾਂਗੇ, ਕਦੇ ਕੁਛ ਨਹੀਂ ਕਰ ਸਕਦੇ। ਸੋ ਮੈਨੂੰ ਐਂ ਲੱਗਦਾ ਵੀ ਜੇ ਇਹਨਾਂ ਨੇ ਇੰਨਾ ਪਿਆਰ ਦਿੱਤਾ ਤਾਂ ਫਿਰ ਸਾਡੇ ਅੰਦਰ ਕਿਹੜੀ ਗੱਲ ਦਾ ਐਟੀਟਿਊਡ, ਕਿਹੜੀ ਗੱਲ ਦੀ ਫੂਫਾ, ਸਾਨੂੰ ਵੀ ਉਨਾ ਹੀ ਪਿਆਰ ਇਹਨਾਂ ਨੂੰ ਦੇਣਾ ਚਾਹੀਦਾ, ਉਨਾ ਹੀ ਪਿਆਰ ਨਾਲ ਸਤਿਕਾਰ ਨਾਲ ਮਿਲਣਾ ਚਾਹੀਦਾ, ਕਿਉਂਕਿ ਉਹ ਆਪਣਾ ਐਟੀਟਿਊਡ ਥੱਲੇ ਕਰਕੇ ਤੁਹਾਡੇ ਕੋਲ ਫੋਟੋ ਕਰਾਉਣ ਆਉਂਦਾ ਬੰਦਾ, ਕਿਉਂਕਿ ਤੁਸੀਂ ਉਹਨੂੰ ਚੰਗੇ ਲੱਗਦੇ ਆ। ਨਹੀਂ ਤਾਂ ਅੱਜ ਦੀ ਜਿਵੇਂ ਆ ਭਰੀ ਜ਼ਿੰਦਗੀ 'ਚ ਭਾਅ ਜੀ ਸਮਾਂ ਕੀ ਦਿਖਾਵਾਂ, ਆਪਣੀ ਜ਼ਿੰਦਗੀ 'ਚ ਹਰ ਬੰਦਾ ਸਟਾਰ ਹੀ ਹੁੰਦਾ ਆ, ਜ਼ਰੂਰੀ ਨਹੀਂ ਵੀ ਉਹ ਕੈਮਰੇ ਅੱਗੇ ਆਵੇ। ਜਿਹੜਾ ਬੰਦਾ ਆਪਣੀ ਜ਼ਿੰਦਗੀ 'ਚ ਸਕਸੈਸ ਆ, ਚਾਹੇ ਉਹਨੇ ਟਰੱਕ ਬਣਾਇਆ, ਚਾਹੇ 10 ਟਰੱਕ ਬਣਾ ਲਏ ਆ, ਚਾਹੇ ਉਹਨੇ ਕੋਈ ਬਿਜ਼ਨਸ ਸਟੈਂਡ ਕਰ ਲਿਆ, ਕੋਈ ਵੀ ABC ਬਿਜ਼ਨਸ, ਉਹ ਆਪਣੀ ਜ਼ਿੰਦਗੀ ਦਾ ਸਟਾਰ ਆ, ਜਿਹੜਾ ਆਪਣੇ ਬੱਚਿਆਂ ਨੂੰ ਪਾਲ ਰਿਹਾ, ਜਿਹੜਾ ਆਪਣੇ ਮਾਂ ਪਿਓ ਦੀ ਕੇਅਰ ਕਰ ਰਿਹਾ, ਆਪਣੀ ਫੈਮਿਲੀ ਦਾ ਹੀਰੋ ਆ, ਉਹ ਸਟਾਰ ਆ। ਭਾਅ ਜੀ ਹੁਣ ਮਧਾਣੀਆਂ 'ਤੇ ਆਉਂਦੇ, ਫਿਲਮ ਕਿਵੇਂ ਤੁਹਾਨੂੰ ਮਿਲਦੀ ਹੈ ਅਤੇ ਕੀ ਖਾਸ ਲੱਗਦਾ ਤੁਹਾਨੂੰ ਇਸ ਫਿਲਮ ਦੇ ਵਿੱਚ? ਇਹ 'ਚ ਰਿਸ਼ਤਿਆਂ ਨੂੰ ਬਹੁਤ ਬਰੀਕੀ ਦੇ ਨਾਲ ਦਰਸਾਇਆ ਜਾਊਗਾ, ਬਹੁਤ ਵਧੀਆ ਤਰੀਕੇ ਨਾਲ ਰਿਸ਼ਤਿਆਂ ਦੀ ਗੱਲ ਕੀਤੀ ਜਾਊਗੀ ਮਧਾਣੀਆਂ ਫਿਲਮ 'ਚ। ਨਵ ਬਾਜਵਾ ਬਾਈ ਹੋਣਾਂ ਨੇ ਬਹੁਤ ਸੋਹਣੀ ਕਹਾਣੀ ਆ ਜਿਹੜੀ ਲਿਖੀ ਹੈ, ਅਤੇ ਇਹ ਨੀਰੂ ਬਾਜਵਾ ਜੀ ਅਤੇ ਦੇਵ ਖਰੌੜ ਬਾਈ ਜੀ ਹੋਣੀ ਲੀਡ ਕਰ ਰਹੇ ਆ। ਸੋ ਮੈਂ ਨੀਰੂ ਮੈਮ ਹੋਣਾਂ ਦੇ ਕਜ਼ਨ ਬ੍ਰਦਰ ਦਾ ਕਿਰਦਾਰ ਕਰ ਰਿਹਾ ਵਿੱਚ। ਕਿਵੇਂ ਦਾ ਮਹਿਸੂਸ ਹੋ ਰਿਹਾ? ਮੈਂ ਗੁੰਡਾ ਬਣਨਾ ਚਾਹੁੰਦਾ ਸੀਗਾ ਪਰ ਮੈਨੂੰ ਇਹਨਾਂ ਨੇ ਕਹਿੰਦੇ ਵੀ ਭਰਾ ਦਾ, ਮੈਂ ਚਲੋ ਮਾਰੇ ਭਰਾ ਦਾ ਕਰ ਲੈਂਦੀ, ਅਗਲੀ ਦੀ ਗੁੰਡਾ ਬਣ ਜਾਂਗੇ। ਸੋ ਈਵਨ ਕਿ ਦੇਵ ਭਾਅ ਜੀ ਦੀਆਂ ਫਿਲਮਾਂ ਸਗੋਂ ਗੁੰਡਿਆਂ ਵਾਲੀਆਂ ਹੁੰਦੀਆਂ, ਅਤੇ ਮੈਨੂੰ ਇਹ ਸੀਗਾ ਵੀ ਬਾਈ ਜੀ ਹੁਣਾਂ ਦੇ ਨਾਲ ਕਦੀ ਕੰਮ ਕਰਾਂਗੇ, ਗੁੰਡੇ ਬਣਾਂਗੇ, ਅਤੇ ਉਹ ਆਪ ਨਹੀਂ ਗੁੰਡੇ ਬਣੇ ਤਾਂ ਮੈਂ ਕਿੱਥੋਂ ਬਣਨਾ। ਸੋ ਤਾਂ ਕਰਕੇ ਰਿਸ਼ਤਿਆਂ ਦੀ ਫਿਲਮ ਹੈ, ਔਰ ਫਿਲਮ ਬਹੁਤ ਖੂਬਸੂਰਤ ਹੈ। ਦੇਵ ਭਾਅ ਜੀ ਮੈਨੂੰ ਲੱਗਦਾ ਪਹਿਲੀ ਵਾਰੀ ਇੱਦਾਂ ਦਾ ਜੌਨਰ ਦੀ ਫਿਲਮ ਕਰ ਰਹੇ ਆ, ਨਹੀਂ ਤਾਂ ਉਹ ਚਗਵਾਂ ਬਣਾਉਂਦੇ ਆ ਆਲਵੇਜ਼ ਕੰਟੈਂਟ, ਔਰ ਉੱਦਾਂ ਦਾ ਹੀ ਆਡੀਅੰਸ ਉਹਨਾਂ ਨੂੰ ਪਿਆਰ ਕਰਦੀ। ਬਹੁਤ ਬਹੁਤ ਸ਼ੁਕਰੀਆ ਭਾਅ ਜੀ, ਤੁਸੀਂ ਆਪਣਾ ਸਮਾਂ ਦਿੱਤਾ ਜੀ।